टंकी फुल कराऊंगा, टैंक फुल पिछे थोड़ा जा टंकी फुल प्लास्टिक पे छाने वैसे देखते हैं कि होंगी फुल देखते हैं कि पता चल पे हूँ 33,800 रुपये 409 चल गए थोड़ा देर के चल के स्टार्ट हो गए हल्की हल्की सोलन का व्यू बदल हो गए थके फुल बारिश का मौसम ऊपर मंडी है खड़े आप गड्डी खड़ी अपनी है जम्मू नंबर JK03 वाली पहाड़ा का व्यू है पैर ठंडे करने दिस करके रोक गए थे गर्म हो गए थे लैदर बदल होया पे पहाड़ा के परमाणु दिल पग आवे बस थोड़े जे पिछे हिमाचल वाला बॉर्डर कर चुके बाहर देखते हम अगे जाके खड़ जाएंगे कितने व्यू देखो कितना घैंट आ रहा है हरियाली चलो बैठते अगर ढाबे ढूबे से रुक जाए रोटी रोटी खानी है रोटी रोटी खावे अगर ढाबे से खावे नाले चला अगे चल के बढ़ो बहुत जनाब जिन्होंने वाइया लगते उन्हें चैनल में करो सबसक्राइब वीडियो में करो कमेंट शेयर इधर गड्डिया आ रही हैं अभी जाना सीधे अंबाला चंडीगढ़ अंबाला इधर गड्डिया चंडीगढ़ आ चुकी है सीधा जावे अंबाला बोलते ऊपर ही गया थले चल गया सी नीचे चंडीगढ़ पढ़ते जा के दिल्ली आए थे जो आया चंडीगढ़ दो कनेक्टर का दिल्ली अंबाला रोटी खाने की रोटी खाने वाले जन सो गया था बारिश बहुत ज्यादा आ गई ढाबे जाऊंगा रोटी खाना हो गया अंबाला गया सीधा दिल्ली इधर चल गया
ਕੇ ਆਪਾਂ ਹੁਣੇ 5 ਤਾਂ ਕੰਕੜਿਆਂ ਸ਼ਾਹ ਬਾਤ ਪਿੱਛੇ ਨਹਾਉਣ ਲੱਗ ਕੇ ਤੇ ਗੱਡੀ ਸਾਫ਼ ਕੀਤੀ ਤੇ ਪਾਣੀ ਪੂਣੀ ਮਾਰਿਆ ਜਾ ਚੁੱਕੀ ਮਾਂ ਇੱਥੇ ਚੱਲਦੇ ਕਰਨੀ ਅਸੀਂ ਨੀਂਦ ਆਈ ਨਹੀਂ ਗਰਮੀ 'ਚ ਇੰਨੀ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਹੁਣ ਫਿਰ ਕਰਾਂਗੇ ਰਾਤ ਜੀ ਕੱਢਾਂਗੇ ਗੱਡੀ ਰੈਸਟ ਵੀ ਜ਼ਰੂਰੀ ਹੈ ਨੀਂਦ ਜੀ ਐਵਰੇਜ ਬਹੁਤ ਗਿਰੇ ਚੁੱਕਤਾ ਨੇ ਬਸ ਨਹੀਂ ਚੱਲਦੇ ਇੰਨੀ ਅਗਲੇ ਚੁੱਕਤਾ ਕੋਈ ਆਰਟੀਓ ਦਾ ਡਰ ਕੋਈ ਕੁਛ ਹਾਈਟ ਦਾ ਮਾਲ ਦਿੱਲੀ ਨਹੀਂ ਜਾ ਰਿਹਾ ਸਿੱਧਾ ਇੱਥੇ ਇੱਥੇ ਜਾ ਰਿਹਾ ਜੰਮੂ ਗੱਡੀ ਇਹਦੇ ਪਰਲੀ ਸਾਈਡ ਐਚ ਪੀ ਟਿੱਤਰ ਖੜੀ ਹੈ ਪੰਗਾਣੇ ਦੀ 14 ਗੱਡੀ ਜੋ ਵੀ ਸੇਵ ਭਜਾ ਹੈ ਮਿਲਦੇ ਹਾਂ ਚਾਹ ਚੂਹ ਪੀ ਕੇ ਫਿਰ ਦੇਖਦੇ ਹਾਂ ਨਿਕਲਦੇ ਹਾਂ ਗੱਡੀ ਖੜੀ ਹੈ ਐਚ ਪੀ 78 ਦਾ ਚੱਲ ਰਿਹਾ ਰੋਡ ਇੱਧਰ ਟਾਪਾ ਰੁਕ ਕੇ ਜਾਵਾਂਗੇ ਜਿਹੜੀਆਂ ਇੱਥੇ ਤੀਆਂ ਪਹਿਲਾਂ ਉਹ ਆਪਾਂ ਪਿੱਛੇ ਬੰਨਤੀਆਂ ਹੁਣ ਤੋਂ ਰੈਸਟ ਰੁਸਟ ਕਰਕੇ ਨਿਕਲਾਂਗੇ 14 ਚੱਕਰ ਦਾ ਚੱਲ ਗਿਆ ਬੰਗਾਣਾ ਨੰਬਰ ਚੱਲ ਪਏ ਹੁਣ ਸਟਾਰਟ ਜਾ ਰਹੇ ਹਾਂ ਮੇਨ ਉੱਪਰ ਹਾਈਵੇ 'ਤੇ ਚੜ੍ਹਾਂਗੇ ਰਾਤ ਨਾਈਟ ਜਾਊਗੇ ਵਲੋਗ ਕਰਨਾਲ ਲੱਗਿਆ 10 ਘੰਟੇ 'ਚ ਟਾਈਮ ਇਹਨਾਂ ਦਾ ਉਹਨਾਂ ਦਾ ਹੋ ਗਿਆ ਇੱਥੇ 5 ਮਿੰਟ ਹੋ ਗਏ ਤੈਨੂੰ ਖੜਿਆ ਅੱਛਾ ਮਾਲ ਹੈ ਇੱਥੇ ਜਾਵਾਂਗੇ ਐਕਸਪ੍ਰੈਸ ਵੇ 'ਤੇ ਹੁਣ ਉਹ ਕਹਿੰਦਾ ਬੰਗਲਾ ਗੱਡੀ ਫਿਰ ਰੋਟੀ ਖਾਂਦੇ ਢਾਬੇ 'ਤੇ ਬੈਠੇ ਰੋਟੀ ਖਾ ਕੇ ਇੱਥੇ ਹੋਏ ਦੇਖ ਰਹੇ ਹਾਂ ਚਲਾਉਂਦਾ ਗੱਡੀ ਹੁਣ 2-3 ਘੰਟੇ ਸੁੱਤਾ ਤਾਂ ਵੈਸੇ ਉੱਤਾਂ ਨਹੀਂ ਹੁੰਦਾ ਚੱਲ ਗਿਆ ਪੂਰੀ ਹੋ ਗਈ ਰੋਟੀ ਖਾ ਕੇ ਵਧੀਆ ਸਿਸਟਮ ਵਧੀਆ ਗੱਲਬਾਤ ਹੈ ਮਿਕਸ ਢਾਬਾ ਹੈ ਗੱਡੀ ਚਲਾ ਰਿਹਾ ਮੈਂ ਪਹਿਲਾਂ ਬਾਈ ਚਲਾ ਰਿਹਾ ਤਾਂ ਸੋ ਗਿਆ ਹੁਣ ਚਲਾ ਰਿਹਾ ਮੈਂ ਉਹਦੇ ਬਸ ਇੱਕ ਅੱਗੇ ਮੋੜ ਆ ਗਏ ਹੁਣ ਡਾਲਣਾ ਬਾਈ ਨੂੰ ਕਹਿੰਦੇ ਉਰੇ ਆ ਕੇ ਠਾਲ ਦੀ ਮੈਨੂੰ ਕੱਟ ਕਰਨਾ ਦੇਖਦੇ ਹਾਂ ਕੱਲ੍ਹ ਵੀ ਉੱਤੇ ਰਾਤ ਅੱਜ ਵੀ ਰਾਤ ਪੂਰੀ ਲਾਉਣੀ ਪੈਣੀ ਹੈ ਦਿਨ ਵੀ ਉਹਦਾ ਘੰਟਾ ਕੁ ਦਿੱਤੇ ਤੇ ਅੱਗੇ ਚਾਹ ਚੁੱਕ ਹੀ ਨਹੀਂ ਹੈਗੇ ਘੁੰਮਣਾ ਹੁਣ ਕਨੈਕਟਰ ਸਾਈਡ ਐਕਸਪ੍ਰੈਸ ਵੇ ਛੱਡ ਦੇਣਾ ਅਲੀਗੜ੍ਹ ਵਾਲੇ 'ਤੇ ਚੱਲ ਜਾਣਾ ਗੱਡੀ ਚਲਾ ਬੜੀ ਅੱਡ 10 ਵਜੇ ਦੀ ਮੈਂ ਹੀ ਚਲਾ ਰਿਹਾ ਕਿਆ ਗੱਲ ਨੀਂਦ ਵੀ ਆ ਰਹੀ ਹੈ ਚਲਾਉਣੀ ਤਾਂ ਪੈਣੀ ਹੈ ਮਿਲਦੇ ਹਾਂ ਅੱਗੇ ਚੱਲ ਕੇ ਜਲ ਤੋਂ ਜ਼ਿੰਦਗੀ ਆਹ ਪੀਣੀ ਹੈ ਸਟਿੰਗ ਪੀਵਾਂਗੇ ਉਸ ਤੋਂ ਅੱਗੇ ਖੜ੍ਹੇ ਤੇ ਸਟਿੰਗ ਪੀ ਕੇ ਨੱਠੂ ਨੀਂਦ ਰਾਤ ਰਾਤ ਜਿੰਨਾ ਨਿਕਲ ਗਿਆ ਤਾਂ ਹੋਰ ਵਧੀਆ ਚਲੋ ਚੱਲਦੇ ਹਾਂ ਸਟਿੰਗ ਮੋਰਨਿੰਗ ਜੀ ਸਾਰਿਆਂ ਨੂੰ ਸਵੇਰ ਦੇ ਵੱਜ ਚੁੱਕੇ ਆ 3:15 ਚੱਲ ਰਹੇ ਹਾਂ ਕਾਨਪੁਰ ਵਾਲੇ ਰੋਡ 'ਤੇ ਐਂ ਚਲਾ ਰਿਹਾ ਤਾ ਰਾਤ ਦੀ ਹੁਣ ਤੱਕ ਚਾਹ ਚੂਹ ਪੀਂਦੇ ਹਾਂ ਅੱਖਾਂ ਹੀ ਦੁਖਣ ਲੱਗ ਗਈਆਂ ਠੰਡਾ ਪਾਣੀ ਮਾਰਦੇ ਹਾਂ ਅੱਖਾਂ ਹੀ ਛੱਟੇ ਪਰ ਮੈਨੂੰ ਰਾਤ ਦੀ ਡਰਾਈਵਰੀ ਵਧੀਆ ਲੱਗਦਾ ਅਤੇ ਕੋਈ ਕਾਰਾਂ ਵਾਲਾ ਨਹੀਂ ਤੰਗ ਕਰਦੇ ਦਿਨ 'ਚ ਕਾਰਾਂ ਵਾਲੇ ਬਹੁਤ ਤੰਗ ਕਰਦੇ ਮਿੰਟ ਮਿੰਟ ਬਾਅਦ ਹੌਰਨ ਮਾਰ ਕਦੀ ਕਦੀ ਮੋਹਰੇ ਲਿਆ ਕੇ ਪਸਾ ਲੈਣਗੇ ਫਿਰ ਐਡਾ ਬੜਾ ਟਰੱਕ ਨਹੀਂ ਦੇਖਦਾ ਇਹਨਾਂ ਨੂੰ ਜੇ ਨਾ ਰੁਕੇ ਫਿਰ ਉੱਦਾਂ ਗਲ ਪੈਂਦੇ
ਮੈਂ ਇਸ ਟਾਈਮ ਐਨ ਪਿਆ ਰੌਲਾ ਅਸੀਂ ਰੋਡ ਦੇ ਰਾਜੇ ਹਾਂ ਵਧੀਆ ਲੱਗ ਰਿਹਾ ਰਾਤ ਨੂੰ ਠੀਕ ਹੈ ਸ਼ਾਮ ਚੱਲ ਰਿਹਾ ਆਪਾਂ 60 ਦੀ ਸਪੀਡ 'ਤੇ ਇੱਥੋਂ ਉੱਪਰ ਤਾਂ ਆਪਾਂ ਚਲਾਉਂਦੇ ਨਹੀਂ 60 ਪੈਣ ਤੱਕ ਚਲੋ ਮਿਲਦੇ ਹਾਂ ਚਾਹ ਪੀਂਦੇ ਹਾਂ ਓਕੇ ਮੈਂ ਤਾਂ ਪੈਰਾਂ ਨੂੰ ਸਾਹ ਦਵਾ ਦੇ ਨਾਲ ਚਾਹ ਪੀਂਦੇ ਹਾਂ ਢਾਬਾ ਬੁਰਾ ਹਾਲ ਹੈ ਇਸ ਹਾਲ ਸਭੇ ਦੂਜੀ ਰਾਤ ਹੈ ਜਾਗਦੇ ਹਾਂ ਉਹਦੇ ਬਾਅਦ ਕਿ 4:30 ਤਾਂ ਹੁਣ ਤਾਂ ਉਹ ਤੁਸੀਂ ਆਪਾਂ ਆਵਾਂਗੇ ਬਈ ਨੀਂਦ ਆਉਂਦੀ ਆ ਹੁਣ ਕਾਹਨੂੰ ਰਿਸਕ ਲੈਣਾ ਬਥੇਰਾ 200 ਕਿਲੋਮੀਟਰ ਚਲਾ ਲਿਆਂਦੀ 250 ਕਿਲੋਮੀਟਰ ਲੜਦਾ ਤਾਂ ਮੈਂ ਵੀ ਚਲੋ ਹਾਂ ਤਾਂ ਸਾਹਮਣੇ ਚੱਲ ਪਏ ਆਪਾਂ ਹੁਣ ਫਿਰ ਸੋਵਾਂਗੇ ਜੀ ਸਾਰੀ ਰਾਤ ਚੱਲਦੇ ਰਹੇ ਹੁਣ ਨੀਂਦ ਆਊਗੀ ਸਵੇਰ ਤੱਕ ਟੈਕਸ ਇੱਥੇ ਖਾਵਾਂਗੇ ਰੋਟੀ ਢਾਬਾ ਹੈ ਆਪਣੇ ਗੱਡੀ ਲਾਤੀ ਉਹ ਸਾਹਮਣੇ ਢਾਬਾ ਹੈ ਪਾਰਕਿੰਗ ਵੀ ਹੈਗੀ ਆ ਥੱਲੇ ਖਾਈਏ ਰੋਟੀ ਫਿਰ ਚੱਲਦੇ ਹਾਂ ਲੱਸੀ ਸਭ ਕੁਝ ਸਹੂਲਤ ਹੈ ਗਰਮੀ ਬਹੁਤ ਹੈ ਧੁੱਪ ਬਹੁਤ ਹੈ ਇੱਥੇ ਦੋਨਾਂ ਸਾਈਡ ਤੋਂ ਮੋਟਰਸਾਈਕਲ ਵਾਲੇ ਨਹੀਂ ਲਾਹ ਦਿੰਦੇ ਥੱਲੇ ਰੋਡ ਬਣ ਰਿਹਾ ਹੈ ਬੜਾ ਭਾਰਾ ਗਰਮੀ ਹੈ ਮੱਤ ਮਾਰੀ ਪਈ ਆ ਗਰਮੀ ਨੇ ਟੋਲ ਟੈਕਸ ਟੋਲ ਕੱਟਣੇ ਗਏ ਹੈ ਨਾ ਨਾ ਕਾਨਪੁਰ ਬਣ ਰਿਹਾ ਰੋਡ ਗੰਗਾ ਜੀ ਦੇ ਗੰਗਾ ਜੀ ਆ ਇੱਧਰ ਕਿੰਨਾ ਪਾਣੀ ਹੈ ਗਰਮੀ ਵੀ ਬਹੁਤ ਹੈ ਬਾਰਿਸ਼ ਨਹੀਂ ਹੋਵੇਗੀ ਬੁਰਾ ਹਾਲ ਹੈ ਗਰਮੀ ਨਾਲ ਤਾਂ ਇੱਥੇ ਫਿਰ ਬਾਰਿਸ਼ ਸਟਾਰਟ ਹੈ ਹਰਿਆਲੀ ਬਹੁਤ ਹੈ ਇੱਧਰ ਬਾਰਿਸ਼ ਪੈਣੀ ਸਟਾਰਟ ਹੋ ਚੁੱਕੀ ਹੈ ਕੋਈ ਤੇਜ਼ ਨਹੀਂ ਪਈ ਅਜੇ ਠੀਕ ਹੀ ਹੈ ਬੰਦੇ ਨੇ ਮੂਹਰੇ ਮੋਟਰਸਾਈਕਲ ਆ ਕੇ ਗੱਡੀ ਰੁਕਵਾ ਕੇ ਲਾ ਰਹੇ ਆ ਇਹ ਸੇਫ ਰੋਡ ਹੈ ਗਰਮੀ ਬਹੁਤ ਹੈ ਸਿੰਗਲ ਰੋਡ ਹੈ ਅੱਗੇ ਜਾ ਕੇ ਵਜੂ ਫੋਰ ਲੈਨ 50-60 ਕਿਲੋਮੀਟਰ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਆ ਚੁੱਕਿਆ ਹੈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਲਾਉਣਾ ਸ਼ੀਸ਼ਾ ਲਾਉਣਾ
कुछ नहीं देख रहा। साढ़े पंज तो पता नहीं शहर कौन सा है। इधरों है रोड पकड़ लिया, इधरों पहला लिंक रोड जो दिया है थे बनारस बनूर से निकल जाके शायद मिलते अगे जा रहे रोटी भी देख रहे कट्टी इसे बनावरी अगड़ियाँ ने ਤੱਤਾ ਦਿੱਲੀ ਆਪਾਂ ਰੱਸੇ ਹੋ ਗਏ ਤਾਂ ਢਿੱਲੇ ਇੱਧਰ ਪੇਟੀਆਂ ਇੱਧਰ ਨੂੰ ਚੜ ਗਈਆਂ ਕੱਸਣ ਲੱਗਿਆ ਦੁਬਾਰੇ ਪਰਤਾਂ ਕਿਹੜਿਆ ਆਇਆ ਸਭ ਤੋਂ ਵੱਧ ਹੁਣ ਗੱਡੀ ਮੈਂ ਹੀ ਚਲਾਉਣੀ ਹੈ ਰਾਤ ਨੂੰ ਸੱਟ ਲਾਓਗੇ ਤਾਂ ਪੇਟੀਆਂ ਇੱਧਰ ਨੂੰ ਚੜ ਗਈਆਂ ਕਰਦੇ ਹਾਂ ਚਲਾ ਰਹੇ ਗੱਡੀ ਬੋਲਦੇ चाह बहर है गर्मी बहुत है चाह पी के उल्टा सीधा हो रहा था हम इसे रोटी खावे तो हो रही गल कर रहा था अंग्रेजी झाड़ रहा था बहर आप बोल दो थले उतर के दे तो ड्राइवर हाथ हो जाए तो बनारस बाईपास में बनारस पहुंचने लगातार नींद भी आती रुक भी गया था बिच में घंटा डेढ़ घंटा वीडियो बनाई होगा ड्राइवर बैग पौने पाँच तो आप पहुँच गया बनारस बनारस ही अफार कर रहे हैं तो वीडियो बनाई नहीं आई तो कनेक्ट साढ़े उत्तर के इलाहाबाद वाले रोड का उधरों कलकत्ते वाल कलकत्ते वाल भी आया बनारस टोल से रुकते देखते चल के हैं रात लागे उधर ही बैठे मॉर्निंग का व्यू बनारस पार कर चुके हैं। कल दिन च गड्डी फड़ी थी पूरी रात लंघते दिन ही चढ़ गया दोबारे सलाइन रोड है लिया चल फिर हो जा रही है ट्रेन कलकत्ता साइड रोड भी कलकत्ता जाता जा रही है अगे जाके लाने ढाबे से कि देखते हैं क्या बनना जगह पानी पीने यूपी बार्डर बनाना बिहार बार्डर बिहार बार्डर मार्केट ढाबे यूपी नौतपुर बार्डर पार करके हम बिहार वाला आना इतने लसेंस बनवा लग गए थां खड़ गए थे इतने बॉर्डर
ਯਾਰ ਬਾਰਡਰ ਹਾਲਤ ਰੋਡ ਦੀ ਦੇਖ ਕਿਆ ਬਣੀ ਵੀ ਇਹਨੇ ਸੋਵਾਂਗੇ ਤੇ ਨਾ ਨਾ ਨੂੰ ਮਾਰੇ ਜਿਸ ਵੇਲੇ ਕਰਕੇ ਨਾ ਨੂੰ ਪਛਾਣ ਚੱਲਾਂਗੇ ਕਰਦੇ ਆ ਬਲੌਗ ਦਾ ਐਂਡ ਇਹਨੂੰ ਵਧੀਆ ਚੈਨਲ ਕਰੇ ਸਬਸਕ੍ਰਾਈਬ ਵੀਡੀਓ ਨੂੰ ਕਰੇ ਕਮੈਂਟ।